ਪੁਰਸ਼ਾਂ ਦੇ ਪਵਿੱਤਰ ਸਥਾਨ ਉੱਤੇ ਜੁੜ ਮਿਲ ਬੈਠੀ ਗੁਰੂ ਰੂਪ ਖਾਲਸਾ ਸਾਧ ਸਕਦੀਓ ਰਸਨਾ ਕਰੋ ਪਵਿੱਤਰਾਂ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬੜੇ ਪ੍ਰੇਮ ਦੇ ਨਾਲ ਸ੍ਰੀ ਕਲਗੀਧਰ ਮਹਾਰਾਜ ਜੀ ਦੀ ਸ੍ਰੀ ਮੁਖਵਾਕ ਬਾਣੀ ਜਾਪ ਸਾਹਿਬ ਦੀ ਕਥਾ ਵਿਚਾਰ ਸ਼੍ਰਵਣ ਕਰਦੇ ਆ ਰਹੇ ਹੋ। ਦਸ ਪੌੜੀਆਂ ਦੀ ਕਥਾ ਹੋ ਚੁੱਕੀ ਹੈ, ਗਿਆਰਵੀਂ ਪੌੜੀ ਅੰਦਰ ਕਲਗੀਧਰ ਸਵਾਮੀ ਜੀ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ। ਸਤਿਗੁਰੂ ਜੀ ਕੀ ਕਹਿ ਰਹੇ ਨੇ, ਸ੍ਰੀ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਦੇ ਵਿੱਚ ਆਪ ਫਰਮਾਉਂਦੇ ਹਨ, ਨਮਸਤੰ ਨਿਰਨਾਮੇ। ਇਹ ਵਾਹਿਗੁਰੂ ਪਰਮੇਸ਼ਰ ਜੀਓ, ਆਪ ਜੀ ਨਿਰਨਾਮ ਹੋ, ਨਾਮ ਸੰਗਿਆ ਤੋਂ ਨਿਰਰਹਿਤ ਹੋ। ਜਿਵੇਂ ਮਾਤਾ ਪਿਤਾ ਦੇ ਘਰ ਦੇ ਵਿੱਚ ਬੱਚਾ ਜਨਮ ਲੈਂਦਾ ਹੈ ਤੇ ਉਸਦਾ ਕੋਈ ਨਾ ਕੋਈ ਨਾਮ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਾਡੇ ਵਾਂਗ ਕਰਮਾਂ ਦੇ ਬੰਧਨ ਚ ਬੱਝਿਆ ਹੋਇਆ ਸੰਸਾਰ ਚ ਆਉਂਦਾ ਨਹੀਂ ਤੇ ਨਾ ਹੀ ਉਸਦਾ ਦੁਨਿਆਵੀ ਬੱਚਿਆਂ ਵਾਂਗ ਕੋਈ ਨਾਮ ਰੱਖਿਆ ਜਾਂਦਾ ਹੈ। ਉਸਦਾ ਜਿਹੜਾ ਨਾਮ ਹੈ ਸਤਨਾਮ ਤੇਰਾ ਪਰਾ ਪੂਰਬਲਾ, ਇਹ ਉਸਦੇ ਸੁਭਾਅ ਉਸਦੇ ਗੁਣਾਂ ਨੂੰ ਜਗਾਉਣ ਵਾਸਤੇ ਹੈ। ਜਿਵੇਂ ਗੁਰਬਾਣੀ ਦੇ ਵਿੱਚ ਸਤਨਾਮ ਨੂੰ ਪਰਾਪੂਰਬਲਾ ਨਾਮ ਦੱਸਿਆ ਹੈ, ਸਦੀਵੀ ਨਾਮ ਦੱਸਿਆ ਹੈ। ਇਸ ਤਰ੍ਹਾਂ ਵੇਦਾਂ ਦੇ ਵਿੱਚ ਉਪਨਿਸ਼ਦਾਂ ਦੇ ਵਿੱਚ ਓਅੰਕਾਰ ਨੂੰ ਸਭ ਤੋਂ ਪੁਰਾਤਨ ਨਾਮ ਮੰਨਿਆ ਹੈ। ਜਿਵੇਂ ਵੇਦਾਂ ਦੇ ਵਿੱਚ ਉਪਨਿਸ਼ਦਾਂ ਦੇ ਵਿੱਚ ਨਾਸਿਕ ਤਾਪਣੀ ਉਪਨਿਸ਼ਦ ਦੇ ਵਿੱਚ ਲਿਖਿਆ ਹੈ, ਦੇਵਾ ਹਵਾਈ ਪ੍ਰਜਾਪਤੀ ਅਮਰੂਮਨ, ਸਾਰੇ ਦੇਵਤੇ ਇਕੱਠੇ ਹੋ ਕੇ ਪ੍ਰਜਾਪਤੀ ਜੀ ਦੇ ਪਾਸ ਗਏ, ਬੇਨਤੀ ਕੀਤੀ, ਅਣਿਓਰ ਅਣੀਆ ਸਮ ਇਮੰ ਆਤਮਾਨਮ ਓਅੰਕਾਰਮ ਨੋ ਵਿਆਚਕ ਸ਼ੈਵ। ਜਿਹੜਾ ਸੂਖਮ ਤੋਂ ਸੂਖਮ ਅਣਿਓਹ ਅਣਿਆਮ, ਅਣੂ ਤੋਂ ਵੀ ਅਣੂ, ਸੂਖਮ ਤੋਂ ਵੀ ਸੂਖਮ ਪਰਮੇਸ਼ਰ ਹੈ, ਪਕੜ ਦੇ ਵਿੱਚ ਨਹੀਂ ਆਉਂਦਾ, ਜਿਹਨੂੰ ਓਅੰਕਾਰ ਵੀ ਕਿਹਾ ਜਾਂਦਾ। ਕਿਰਪਾ ਕਰਕੇ ਉਹਦੇ ਬਾਰੇ ਵਿਆਚਕ ਸ਼ੈਵ ਸਾਨੂੰ ਦੱਸੋ, ਕੋਈ ਸਾਨੂੰ ਸਮਝਾਓ, ਸਾਡੀ ਪਕੜ 'ਚ ਕਿਵੇਂ ਆਵੇ, ਸਾਡੀ ਸਮਝ 'ਚ ਕਿਵੇਂ ਆਵੇ, ਸਾਡੇ ਹਿਰਦੇ 'ਚ ਕਿਵੇਂ ਵਸੇ। ਇਸ ਸੂਤਰ ਵਿੱਚ ਸਲੋਕ ਵਿੱਚ ਦੋ ਸ਼ਬਦ ਵਰਤੇ ਨੇ, ਹਾ ਤੇ ਵਈ, ਜਿਹਦਾ ਭਾਵ ਆ ਨਿਸ਼ਚੇ ਕਰਕੇ ਇਸ ਗੱਲ ਨੂੰ ਸੱਚ ਮੰਨੋ, ਇਹ ਕੋਈ ਝੂਠ ਨਹੀਂ ਆ, ਮਿਥਿਆਸ ਨਹੀਂ ਹੈ, ਇਹ ਸੱਚੀ ਹੈ। ਦੇਵਾ ਹਵਾਈ ਪ੍ਰਜਾਪਤੀ ਮਹਾਂਪੁਰਖ। ਜਾਂ ਉਪਨਿਸ਼ਦਾਂ ਦੇ ਵਿੱਚ ਇੱਕ ਗੱਲ ਬੜੀ ਕਮਾਲ ਦੀ ਲਿਖੀ ਹੈ, ਯਾ ਪੁਨਰੇਤਮ ਤ੍ਰੀ ਮਾਤਰੇਣ ਓਮ, ਜਿਹੜਾ ਤਿੰਨਾਂ ਮਾਤਰਾ ਵਾਲਾ ਓਅੰਕਾਰ ਹੈ,
ਜਿਹਨੂੰ ਪਰਮ ਪੁਰਸ਼ ਅਭਿਧਾਈਤ, ਜਿਹਨੂੰ ਪਰਮ ਪੁਰਸ਼ ਵੀ ਕਿਹਾ ਜਾਂਦਾ ਹੈ, ਉਹਦੇ ਬਾਰੇ ਕਿਰਪਾ ਕਰਕੇ ਦੱਸੋ। ਗੁਰਬਾਣੀ ਨੇ ਜਿਹਨੂੰ ਸਤਨਾਮ ਕਿਹਾ ਹੈ, ਧਾਰਮਿਕ ਗ੍ਰੰਥਾਂ ਨੇ ਸਭ ਤੋਂ ਪੁਰਾਣਾ ਨਾਮ ਜਿਵੇਂ ਗੁਰਬਾਣੀ ਨੇ ਸਤਨਾਮ ਤੇਰਾ ਪਰਾਪੂਰਬਲਾ, ਸਦੀਵੀ ਹੋਂਦ ਹੀ ਉਹਦੀ ਪਰਾਪੂਰਬਲਾ ਹੈ। ਧਾਰਮਿਕ ਗ੍ਰੰਥਾਂ ਦੇ ਵਿੱਚ ਓਅੰਕਾਰ ਨੂੰ ਸਭ ਤੋਂ ਪੁਰਾਤਨ ਮੰਨਿਆ। ਹੁਣ ਆਪਾਂ ਨੂੰ ਊੜਾ ਜਿਹੜਾ ਪੜ੍ਹਾਉਂਦੇ ਸੀ ਸਕੂਲਾਂ 'ਚ, ਧਾਰਮਿਕ ਜਗ੍ਹਾ 'ਤੇ ਵੀ ਪੜ੍ਹਾਇਆ ਜਾਂਦਾ ਹੈ ਮਹਾਰਨੀ ਦੇ ਰੂਪ 'ਚ। ਹੁਣ ਸਵਾਲ ਹੋ ਸਕਦਾ ਵੀ ਊੜਾ ਪਹਿਲਾਂ ਕਿਉਂ ਆ, ਐੜਾ ਬਾਅਦ 'ਚ ਕਿਉਂ ਆ? ਤਾਂ ਵਿਦਵਾਨ ਜਵਾਬ ਦਿੰਦੇ ਨੇ ਵੀ ਜਦੋਂ ਬੱਚਾ ਜਨਮਦਾ, ਜਦੋਂ ਰੋਂਦਾ ਵਾ, ਉਹਦੀ ਪਹਿਲੀ ਆਵਾਜ਼ ਜਿਹੜੀ ਰੋਣ ਵਾਲੀ ਹੈ ਉਹ ਊਆਂ ਕਹਿ ਕੇ ਰੋਂਦਾ ਹੈ। ਪਹਿਲਾ ਸ਼ਬਦ ਉਹਦੇ ਮੂੰਹ 'ਚ ਊੜਾ ਹੀ ਆਉਂਦਾ ਹੈ ਅਤੇ ਦੂਜਾ ਐੜਾ ਆਉਂਦਾ ਹੈ। ਜਿਸ ਓਅੰਕਾਰ ਨੂੰ ਪਰਮ ਪੁਰਸ਼ ਵੀ ਕਿਹਾ ਜਾਂਦਾ ਹੈ, ਤੇ ਵਿਚਿੱਤਰ ਨਾਟਕ 'ਚ ਸ਼ਬਦ ਆਉਂਦਾ ਨਾ, ਮੈਂ ਹੋ ਪਰਮ ਪੁਰਖ ਕੋ ਤਾਸਾ, ਦੇਖਣ ਆਇਓ ਜਗਤ ਤਮਾਸਾ। ਇਹ ਪਰਮ ਪੁਰਖ ਦਾ ਅਰਥ ਕੀ ਹੁੰਦਾ ਹੈ? ਸੌਖਾ ਜਿਹਾ ਅਰਥ ਤੇ ਆਪਾਂ ਕਰ ਦਿੰਦੇ, ਸਭ ਤੋਂ ਵੱਡਾ। ਪਰ ਜਿਹੜਾ ਧਾਰਮਿਕ ਗ੍ਰੰਥ ਹੈ ਜਿਹਦਾ ਅਰਥ ਕੀਤਾ ਜਾਂਦਾ ਹੈ ਉਹ ਇਹ ਨਹੀਂ ਕੀਤਾ ਜਾਂਦਾ। ਉਹ ਕੀ ਕੀਤਾ ਜਾਂਦਾ ਹੈ? ਉਹ ਕਹਿੰਦੇ ਨੇ ਸੂਰਿਆ ਅੰਤਰਗਤਮ ਪੁਰਸ਼ਮ, ਜਿਹੜਾ ਸੂਰਜ ਦੇ ਅੰਦਰ ਬੈਠਾ ਹੋਇਆ, ਸੂਰਜ ਨੂੰ ਚਾਨਣ ਦਿੰਦਾ, ਉਹਨੂੰ ਪਰਮ ਪੁਰਖ ਕਿਹਾ ਜਾਂਦਾ। ਆਪਾਂ ਤੇ ਇੰਨਾ ਕਹਿ ਕੇ ਕੰਮ ਚਲਾ ਲੈਂਦੇ ਸਭ ਤੋਂ ਵੱਡਾ। ਜਿਹੜਾ ਸੂਰਜ ਦੇ ਅੰਦਰ ਬੈਠਾ ਹੋਇਆ ਸੂਰਜ ਨੂੰ ਵੀ ਚਾਨਣ ਦਿੰਦਾ ਹੈ। ਨਮੋ ਸੂਰਜ, ਸੂਰਜ ਨਮਸਕਾਰ ਹੈ ਸੂਰਜ ਦੇ ਵੀ ਸੂਰਜ ਨੂੰ। ਦਸਵੇਂ ਪਾਤਸ਼ਾਹ ਕਹਿੰਦੇ ਮੈਂ ਹੋ ਪਰਮ ਪੁਰਖ ਕੋ ਦਾਸਾ, ਤਾਂ ਪਰਮ ਪੁਰਖ ਦਾ ਅਰਥ ਕੀ ਹੋਇਆ? ਜਿਹੜਾ ਸੂਰਜ ਦੇ ਅੰਦਰ ਬੈਠਾ ਸੂਰਜ ਨੂੰ ਵੀ ਪ੍ਰਕਾਸ਼ ਰਿਹਾ ਹੈ। ਸੂਰਿਆ ਅੰਤਰਗਤਮ ਪੁਰਸ਼ਮ, ਉਹ ਕੀ ਹੋ ਗਿਆ? ਪਰਮ ਪੁਰਖ। ਤਾਂ ਜਿਹਨੂੰ ਪਰਮ ਪੁਰਖ ਵੀ ਕਹਿੰਦੇ ਨੇ, ਓਅੰਕਾਰ ਵੀ ਕਹਿੰਦੇ ਨੇ, ਉਹ ਸਮਝਾਓ ਸਾਨੂੰ ਕੀ ਹੈ? ਧਾਰਮਿਕ ਗ੍ਰੰਥਾਂ ਦੇ ਵਿੱਚ ਤਾਂ ਇੱਥੋਂ ਤੱਕ ਲਿਖਿਆ ਸਭ ਕੁਝ ਅੱਖਰ ਰੂਪ ਹੀ ਹੈ। ਜਿਵੇਂ ਉਪਨਿਸ਼ਦਾਂ ਦੇ ਵਿੱਚ ਆਉਂਦਾ ਨਾ, ਏਤ ਦੇਵ ਅਕਸ਼ਰਮ ਬ੍ਰਹਮ, ਜਾਂ ਫਿਰ ਇੱਕ ਬੜਾ ਸੁੰਦਰ ਵਚਨ ਆਉਂਦਾ, ਓਮ ਇਤਿ ਏਤਦ ਅਕਸ਼ਰਮ ਇਦਮ ਸਰਵਮ। ਓਅੰਕਾਰ ਹੀ ਸਭ ਕੁਝ ਆ। ਹੁਣ ਇਹ ਗੱਲ ਥੋੜ੍ਹੀ ਸਮਝਣੀ ਔਖੀ ਆ, ਮਹਾਰਾਜ ਨੇ ਜਪਜੀ ਸਾਹਿਬ ਦੀ ਬੜੀ ਸੌਖੀ ਸਮਝਾਤੀ ਹੈ ਵੀ ਸਭ ਕੁਝ ਅੱਖਰੀ ਅੱਖਰੀ ਆਪਾਂ ਪੌੜੀ ਪੜ੍ਹਦੇ ਹਾਂ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ, ਗੀਤ ਗੁਣ ਗਾ, ਅੱਖਰਾ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਵਿਖਾਣ, ਸਭ ਕੁਝ ਅੱਖਰੀ, ਸਭ ਕੁਝ ਓਅੰਕਾਰ ਰੂਪ ਅੱਖਰੀ ਹੈ। ਹੁਣ ਇੱਕ ਬੰਦੇ ਦੇ ਧਾਰਮਿਕ ਗ੍ਰੰਥ ਕਹਿੰਦੇ ਆ ਵੀ ਵਾਹਿਗੁਰੂ ਵੀ ਉਹਦਾ ਹੀ ਨਾਮ ਆ, ਸਤਨਾਮ ਵੀ ਉਹਦਾ ਹੀ ਨਾਮ ਆ, ਤੇ ਓਮ ਓਅੰਕਾਰ ਵੀ ਉਹਦਾ ਹੀ ਨਾਮ ਹੈ। ਤੇ ਦੂਸਰੇ ਬੰਦੇ ਕਹਿਣਾ ਵੀ ਉਹਦਾ ਨਾਮ ਹੀ ਕੋਈ ਨਹੀਂ ਹੈ। ਤਾਂ ਸੱਜਣਾ, ਜਿੱਦਾਂ ਸਾਡੇ ਘਰ ਬੱਚਾ ਜੰਮੇ ਤੇ ਅਸੀਂ ਉਹਦਾ ਨਾਂ ਰੱਖ ਲਿਆ, ਇੰਨਾ ਰੱਬ ਦਾ ਨਾਂ ਨਹੀਂ ਕੋਈ ਰੱਖਦਾ। ਇਹੋ ਜਿਹੇ ਦੁਨਿਆਵੀ ਸੰਗਿਆ ਵਾਲੇ ਨਾਵਾਂ ਤੋਂ ਰਹਿਤ ਹੈ। ਤਾਂ ਐਸਾ ਵਾਹਿਗੁਰੂ ਜਿਹੜਾ ਦੁਨਿਆਵੀ ਨਾਵਾਂ ਤੋਂ ਰਹਿਤ ਹੈ, ਉਸ ਵਾਹਿਗੁਰੂ ਪਰਮੇਸ਼ਰ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ, ਉਹਨੂੰ ਮੈਂ ਸਿਰ ਝੁਕਾਉਂਦਾ ਹਾਂ। ਇਹ ਅਕਾਲ ਪੁਰਖ
ਤੂੰ ਦੁਨਿਆਵੀ ਮਾਤਾ ਪਿਤਾ ਦੇ ਵਾਂਗ ਘਰ ਵਿੱਚ ਬੱਚੇ ਜਨਮੇ ਦੇ ਨਾਮਕਰਣ ਵਾਂਗ ਨਹੀਂ ਹੈ। ਇਸ ਤਰ੍ਹਾਂ ਨਹੀਂ ਤੂੰ ਨਾਮ ਦੀ ਪਕੜ ਦੇ ਵਿੱਚ ਆਉਂਦਾ। ਨਮਸਤੰ ਨਿਰਕਾਮੇ, ਹੇ ਵਾਹਿਗੁਰੂ ਜੀ ਤੈਨੂੰ ਮੇਰੀ ਨਮਸਕਾਰ ਹੈ। ਕਿਹੜਾ ਨਾਮ ਆ ਰਹੇ ਨੇ ਦੱਸਿਆ? ਨਿਰਕਾਮੇ, ਜਿਹੜਾ ਵਾਹਿਗੁਰੂ ਕਾਮ ਇੱਛਾ ਤੋਂ ਰਹਿਤ ਹੈ। ਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੀ ਕਥਾ ਵਿੱਚ ਕਾਮ ਦਾ ਸਲੋਕ ਬੜਾ ਸੋਹਣਾ ਬੋਲਦੇ ਹੁੰਦੇ, ਕਾਮ ਕਾਮ ਸਭ ਕੋ ਕਹੈ, ਕਾਮ ਨਾ ਜਾਣੇ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਜਿੰਨੀਆਂ ਵੀ ਮਨ ਦੀਆਂ ਇਛਾਵਾਂ ਨੇ, ਸਦੋ ਗੁਣੀ, ਰਜੋ ਗੁਣੀ ਤੇ ਤਮੋ ਗੁਣੀ, ਇਹ ਮਨ ਦੀਆਂ ਜਿੰਨੀਆਂ ਕਾਮਨਾ ਨੇ ਇਹ ਕਾਮ ਕਹਾਉਂਦੀਆਂ ਨੇ। ਤਾਂ ਹੇ ਵਾਹਿਗੁਰੂ ਜੀ, ਜਿਵੇਂ ਸਾਨੂੰ ਇੱਛਾ ਵਿਆਪਦੀ ਰਹਿੰਦੀ ਹੈ, ਪਦਾਰਥਾਂ ਦੀ ਇੱਛਾ ਜਾਂ ਵਾਸ਼ਨਾ ਬਣੀ ਰਹਿੰਦੀ ਹੈ, ਇਸ ਪ੍ਰਕਾਰ ਆਪ ਜੀ ਕਾਮ ਇੱਛਾ ਤੋਂ ਰਹਿਤ ਹੋ, ਕਿਉਂਕਿ ਆਪ ਦੇ ਇੱਛਾਵਾਂ ਪੂਰੀਆਂ ਕਰਨ ਵਾਲੇ ਹੋ, ਆਪ ਦੇ ਬਰਕਤਾਂ ਨੂੰ ਦੇਣ ਵਾਲੇ ਹੋ। ਤਾਂ ਸੱਚੇ ਪਾਤਸ਼ਾਹ ਕਹਿੰਦੇ ਹਨ, ਨਮਸਤੰ, ਨਮਸਕਾਰ ਹੈ ਉਸ ਵਾਹਿਗੁਰੂ ਨੂੰ ਜਿਹੜਾ ਕਾਮਨਾ ਤੋਂ ਰਹਿਤ ਹੈ। ਇੱਕ ਭਾਵ ਅਰਥ ਵੀ ਮਹਾਤਮਾ ਕਰਦੇ ਨੇ ਨਮਸਤੰ ਦੇ ਕਾਮੇ, ਨਿਰਕਾਮ ਜਿਹੜੇ ਵਾਹਿਗੁਰੂ ਪਰਮੇਸ਼ਰ ਜੀ ਦਾ ਨਾਮ ਜਪਦੇ ਨੇ, ਮਹਾਤਮਾ, ਸੰਤ, ਸਾਧੂ, ਧਾਰਮਿਕ ਲੋਕ, ਉਹਨਾਂ ਨੂੰ ਕਾਮਨਾ ਤੋਂ ਰਹਿਤ ਕਰ ਦਿੰਦਾ ਹੈ, ਉਹਨਾਂ ਦੀ ਅਵਸਥਾ ਕੀ ਬਣਾ ਦਿੰਦਾ ਹੈ, ਜੋ ਦੁੱਧ ਭਾਵ ਹੈ ਸਾਈ ਭਲੀਕਾਰ, ਜੋ ਹੋ ਰਿਹਾ ਠੀਕ ਹੋ ਰਿਹਾ, ਉਹਨਾਂ ਦੀ ਮੰਗ ਖਤਮ ਹੋ ਜਾਂਦੀ ਹੈ, ਸਾਡੀ ਤੇ ਮੁੱਕਦੀ ਨਹੀਂ ਨਾ। ਜਿਵੇਂ ਮਸਕੀਰ ਜੀ ਬੜਾ ਸੋਹਣਾ ਕਹਿੰਦੇ ਹੁੰਦੇ ਸੀ, ਕਈ ਲੋਕ ਸਭ ਕੁਝ ਖਾ ਕੇ ਫਿਰ ਵੀ ਭੁੱਖੇ, ਕਾਮਨਾ ਬਣੀ ਰਹਿੰਦੀ ਹੈ। ਕਈ ਲੋਕ ਸਭ ਕੁਝ ਖਾ ਕੇ ਫਿਰ ਵੀ ਭੁੱਖੇ। ਤੇ ਅਗਲੀ ਗੱਲ ਬੜੀ ਸੋਹਣੀ ਕਰਦੇ ਹੁੰਦੇ ਸੀ, ਕਈ ਲੋਕ ਸਭ ਕੁਝ ਪਾ ਕੇ ਫਿਰ ਵੀ ਨੰਗੇ ਦੇ ਨੰਗੇ, ਮੈਨੇ ਕਾਮਨਾ ਤ੍ਰਿਪਤ ਨਹੀਂ ਹੁੰਦੀ, ਮਨ ਤ੍ਰਿਪਤ ਨਹੀਂ ਹੁੰਦਾ। ਵਾਹਿਗੁਰੂ ਕਿੱਦਾਂ ਦਾ ਹੈ? ਜਿਹੜਾ ਕਾਮਨਾ ਤੋਂ ਰਹਿਤ ਹੈ, ਲਭ ਲੋਭ ਤੋਂ ਰਹਿਤ ਹੈ। ਵੱਡਾ ਦਾਤਾ ਤਿੰਨ ਨਾ ਤਮਾਏ, ਵੱਡਾ ਵੀ ਹੈ ਸਾਰਿਆਂ ਤੋਂ ਤੇ ਤਿਲ ਮਾਤਰ ਤਮਾ ਨਹੀਂ। ਇੱਧਰ ਦੁਨੀਆ ਚ ਕੀ ਹੈ, ਜਿੰਨਾ ਵੱਡਾ ਹੋਈ ਜਾਂਦਾ, ਜਿੰਨਾ ਪੈਸਾ ਹੋਈ ਜਾਂਦਾ, ਤਮਾ ਜਿਹੜਾ ਲੋਭ ਹੈ ਓਨਾ ਹੀ ਵਧੀ ਜਾਂਦਾ, ਜਿੰਨੇ ਆਈ ਜਾਂਦੇ ਭੁੱਖ ਹੋਰ ਵਧੀ ਜਾਂਦੀ। ਜਿਵੇਂ ਢਿੱਡ ਦਾ ਸੁਭਾਅ ਨਾ, ਵੀ ਜੇ ਥੋੜੀ ਰੋਟੀ ਖਾਈਏ ਤੇ ਫਿਰ ਥੋੜੇ ਚ ਰੱਜਣ ਲੱਗ ਪੈਂਦਾ, ਜੇ ਬਹੁਤੀ ਪਾਉਣ ਲੱਗ ਪਈਏ ਤੇ ਮਾਸ ਆਪਣੇ ਆਪ ਹੀ ਖੁੱਲਾ ਹੋਣ ਲੱਗ ਪੈਂਦਾ, ਜਿਹਨੂੰ ਕਹਿੰਦੇ ਵਡੇਪਾ ਆ ਗਿਆ। ਜਿੰਨਾ ਪਾਈ ਜਾਓਗੇ ਓਨਾ ਹੀ ਚੌੜਾ ਹੋਈ ਜਾਣਾ, ਵੱਧਦਾ ਹੀ ਜਾਣਾ। ਪਰ ਵਾਹਿਗੁਰੂ ਕਿੱਦਾਂ ਦਾ ਹੈ? ਫਲ ਗੁਣ ਨਿਤ ਸਲਾਹ ਹੀ ਹੈ, ਜਿਸ ਨੂੰ ਤਿਲ ਨਾ ਤਮਾਏ। ਕਮਾਲ ਦਾ ਰਿਸ਼ਤਾ ਭਾਈ, ਦਰਿਆਵੀ ਰਿਸ਼ਤੇ ਨਿਭਾਉਣ ਵਾਸਤੇ 24 ਘੰਟੇ ਬੰਦਾ ਖਰਚ ਕਰਦਾ ਹੈ, 24 ਦੇ 24 ਆਪਣੇ ਟੱਬਰ ਨੂੰ ਦਿੰਦਾ ਹੈ, ਪਰਿਵਾਰ ਨੂੰ ਦਿੰਦਾ ਹੈ, ਤੇ ਫਿਰ ਵੀ ਟੱਬਰ ਖੁਸ਼ ਹੁੰਦਾ ਰਹੀ, ਫਿਰ ਵੀ ਕੋਈ ਨਾ ਕੋਈ ਗੁੱਸੇ। ਹਾਲਾਂਕਿ ਦਿਹਾੜੀ ਦਾ ਸਾਰਾ ਟਾਈਮ ਉਹਨਾਂ ਦੇ 24 ਘੰਟੇ ਲਾਉਂਦਾ ਹੈ। ਪਰ ਪਰਮਾਤਮਾ ਦਾ ਰਿਸ਼ਤਾ ਕਿੱਦਾਂ ਦਾ ਹੈ? ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਘਰੀ ਆਦੀ ਘਰੀ ਆਦੀ ਹੂਫੁਨ ਆਦਿ,
इन्ना चिर भी कट ले परमात्मा प्रसन्न हो जाता। दसवें पातशाह तो इतों भी अगे लांघे उहदे कहिंदे एक चित जे एक छिन ध्यायो काल पास के बीच लाए। कबीर साहब कहिंदे भावे 12 मिंट कट भावे 6 मिंट कट नहीं निकलते, 3 साढ़े 3 मिंट ही कट ला रब वास्ते प्रसन्न हो जाए। सतगुरु जी ने फतेह क्यों बनाई? कि इन्ना दुनिया के कमां च व्यस्त है, उदा तो वाहिगुरु का नाम ही लैना, चलो एक दूजे को जो मिल गए उदों तो मूह निकलेगा ना वाहिगुरु जी का खालसा ते वाहिगुरु जी की फतेह। वाहिगुरु का नाम चेते आवे, दरियावी रिश्ते निभाउण वास्ते बंदा 24 घंटे वरतदा। ये की है? आत्म समर्पण। कि जो रब करता ठीक है, नाम जपण आलिया नूं भी भावअर्थ संत करते ने भी निःकाम कर दिता, निःकाम कर दिता है, कामना तो रहित कर दिता है। आत्म समर्पण की होता है? जिवें एक दुकान ते दो मुनीम रखे दोवें काम करते ते समझते आ भी इस दुकान विच जो है सब मालक दा है, पर एक तनखा लैंदा है ते दूजा जिहड़ा सज्जण है वह सिर्फ पाउण नूं कपड़ा ते खाण नूं रोटी। हुण सेवा दोवें करदे पर दोवां च फर्क आ जांदा है। एक निष्काम हो गया है कि जब रोटी मिल गई खा लांगे ते कपड़ा पा लांगे, दूजा सकाम है सेवा वी करदा, थोड़ा जिहा फर्क है। इसे तरह आत्म समर्पण की होता? जिवें दो राजे लड़े, आपां कहिंदे ना दसवें पातशाह बाणी कहिंदे शरण नाथ दूरियन, मैं तुहाडी शरण आया, सगत द्वार को छाड़ के गए हो तुहारो द्वार। आत्म समर्पण की है? निष्काम की है? निष्कामता की है? शरण लैणी की है? दो राजे लड़े, एक युद्ध आ गया ते उहने दूसरे राजे नूं की आख्या भी भावे हुण मार भावे जिउंदा रख, ये तेरा अधिकार है, मेरा खत्म हो चुका है। इहनूं कहिंदे समर्पण कर देना, पर यह सेवा दे बराबर नहीं है। ये उदाहरण तो सोहनी आ पर एडी भी नहीं सोहनी भी गुरबाणी के सिधांत से लग जाए। वो कहने राजे की मजबूरी बन गई आ भी हुण हथियार सुटने पै गए ते दुखी रहेगा, ते जिदन मौका मिलिया घाटे दे भी नहीं करनी। जिहड़ा अजे कहिंदा पिया वा ना भी हुण तेरी मर्जी है, पर जिहड़ा निःकाम हो जाता है ना गोबिंद परमेश्वर उत्ते सब कुछ सुट दिंदा है। एक ते वो मजबूरी नहीं आउंदी। जदों पंजां प्यारियां ने सीस दित्ते सी तां महाराज ने पुछिया सी ना बीमार तां नहीं, वी घरों लड़के तां नहीं आ गए, दुखी तां नहीं, किसे गल्लों करजा तां नहीं चढ़ गए। इस राजे की हुण मजबूरी आ भी दूजा राजा जिहड़ा वा उह मारे भावें रखे, यह समर्पण तन मन धन सब सौंप गुर को इहदे बराबर नहीं है। उदाहरण समझण वास्ते ठीक है कि जिवें एक राजा आ गया हुण दूजे राजे की मर्जी है, उहनें समर्पण करना पिया ते नाले ये राजा दुखी रहूगा, पर जिहड़ा नाम जपण वाला है वह तो दुखी होता ही नहीं है। समर्पण करन वाला ते दुख ते उहनूं आउंदा ही नहीं। जिवें गुरबाणी कहती ना तेरे भरोसे प्यारे मैं लाड़ लड़ाया, ये समर्पण वाले नूं ते दुख ही नहीं होंदा। जे दुखी है ते समर्पण नहीं।
ਜਾਂ ਫਿਰ ਸਭ ਕੁਝ ਰੱਬ ਦੇ ਸੁੱਟ ਦੇਣਾ, ਨਿਕਾਮ ਹੋ ਜਾਣਾ। ਜਿਵੇਂ ਕੋਈ ਚੀਜ਼ ਕਿਸੇ ਨੂੰ ਦੇ ਦੀ, ਹੁਣ ਉਹਦੀ ਮਰਜ਼ੀ ਆ, ਉਹਨੂੰ ਜਿੱਦਾਂ ਮਰਜ਼ੀ ਰੱਖੇ ਵਰਤੇ, ਇਹਦਾ ਆਪਣਾ ਆਪ ਗੁਰੂ ਨੂੰ ਸੌਂਪ ਦਿੱਤਾ ਤੇ ਅਵਸਥਾ ਕੀ ਆ ਗਈ? ਨਮਸਤਕ ਨਿਰਕਾਮੇ, ਕਾਮਨਾ ਤੋਂ ਰਹਿਤ ਹੋ ਗਏ ਆ। ਜੋ ਤੁਧ ਭਾਵ ਹੈ ਸਾਈ ਪਰਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਗੁਰਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਇੱਕ ਸ਼ਬਦ ਆਤਮ ਸਮਰਪਣ ਦਾ ਬੜਾ ਸੋਹਣਾ ਉਚਾਰਿਆ, ਸੋਈ ਕਰਾਏ ਜੋ ਤੁਧ ਭਾਵ ਹੈ ਮੋਹੇ ਸਿਆਣਪ ਕਸ਼ੁਨਾ। ਹਮ ਬਾਰਕ ਤੋ ਸਰਣਾਈ, ਪ੍ਰਭ ਆਪੇ ਪੈਜ ਰਖਾਈ। ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ। ਇਸ ਸ਼ਬਦ ਦੇ ਵਿੱਚ ਨਿਕਾਮਤਾ ਹੈ, ਅਵਸਥਾ ਹੈ, ਪਰ ਉਹਨਾਂ ਸੰਤਾਂ ਸਾਧੂਆਂ ਦੀ ਹੈ ਜਿਹਨਾਂ ਤਨ ਮਨ ਧਨ ਸਭ ਸੌਂਪ ਗੁਰੂ ਕੋ, ਫਿਰ ਉਹਨਾਂ ਦੇ ਕੰਮ ਰੱਬ ਕਰਦਾ। ਸਾਡੇ ਵਰਗਾ ਹਾਲ ਨਹੀਂ ਆ ਵੀ ਜੀ ਅੰਦਰੋਂ ਮੇਰਾ ਕਰਦਾ ਹੁੰਦਾ ਤੇ ਮਾੜਾ ਕੰਮ ਕਰਕੇ ਕਹਿਣਾ ਰੱਬ ਨੇ ਕਰਾਤਾ, ਉੱਥੇ ਜੀ ਮਰ ਜਾਂਦਾ ਜੀ। ਉਦਾਹਰਣ ਦੇ ਤੌਰ ਤੇ ਜੇ ਕੋਈ ਕਹਿ ਦੇਵੇ ਕਿ ਸਭ ਕੁਝ ਰੱਬ ਨੇ ਕਰਾਇਆ, ਤਾਂ ਜਦੋਂ ਅਸੀਂ ਕਰਦੇ ਹਾਂ ਉਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਕਹਿੰਦੇ ਤਿੰਨ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ, ਇੱਕ ਰੱਬ ਜਿਹਦੀ ਜੋਤ ਆ, ਜਿਹਦੀ ਸ਼ਕਤੀ ਆ, ਦੂਜੀ ਜੀਵਾਤਮਾ ਬੰਦੇ ਦੀ ਰੂਹ, ਤੇ ਤੀਜਾ ਬੰਦੇ ਦਾ ਮਨ। ਅਸੀਂ ਦੋ ਚੀਜ਼ਾਂ ਭੁੱਲ ਜਾਂਦੇ ਹਾਂ, ਮਨ ਤੇ ਰੂਹ, ਤੇ ਤੀਸਰੀ ਨੂੰ ਫੜ ਕੇ ਕਹੀਏ ਸਭ ਕੁਝ ਰੱਬ ਨੇ ਕਰਾਇਆ, ਤੇ ਜਿਹੜਾ ਆਪਦਾ ਮਨ ਸੀ ਵਿੱਚ ਉਹਨੂੰ ਪਾਸੇ ਕਰ ਲਈਦਾ, ਆਪਦੇ ਆਪ ਨੂੰ ਬਚਾ ਲਈਦਾ। ਇਹ ਤਿੰਨ ਚੀਜ਼ਾਂ ਹੋਣ ਵਿਦਵਾਨਾਂ ਦੀ ਭਾਸ਼ਾ ਚ ਚੇਤਨ, ਆਭਾਸ ਤੇ ਅੰਤਕਰਨ। ਇਹ ਤਿੰਨ ਚੀਜ਼ਾਂ ਇਕੱਠੀਆਂ ਹੋਣ ਤੇ ਫਿਰ ਕੁਝ ਕਰੀਦਾ ਹੈ। ਇਹਦੇ ਵਿੱਚ ਜਿਹੜਾ ਚੇਤਨ ਆ, ਰੱਬ ਬੈਠਾ ਵਾ, ਉਹ ਕੁਝ ਨਹੀਂ ਕਰਦਾ, ਉਹ ਪ੍ਰਕਾਸ਼ ਹੈ, ਉਹ ਤਾਕਤ ਦਾ ਸੋਮਾ ਹੈ। ਜਿਵੇਂ ਬਿਜਲੀ ਆਉਂਦੀ ਹੈ, ਭਾਵੇਂ ਲਾਈਟ ਜਗਾ ਕੇ ਬਾਣੀ ਪੜ੍ਹੀ ਜਾ ਤੇ ਭਾਵੇਂ ਲਾਈਟ ਜਗਾ ਕੇ ਜੂਆ ਖੇਡੀ ਜਾ, ਬਿਜਲੀ ਦਾ ਕੀ ਕਸੂਰ ਵਰਤਦਾ ਤੇ ਤੂੰ ਪੁੱਠੇ ਪਾਸੇ ਪਿਆ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮਸਤੰ ਨਿਕਾਮੇ ਨਿਰਕਾਮੇ, ਹੇ ਵਾਹਿਗੁਰੂ ਤੂੰ ਆਪਣੇ ਪਿਆਰਿਆਂ ਨੂੰ ਨਿਕਾਮਤਾ ਬਖਸ਼ ਦਿੰਦਾ, ਤੈਨੂੰ ਮੇਰੀ ਨਮਸਕਾਰ ਹੈ। ਨਮਸਤੰ ਨਿਰਧਾਤੇ, ਧਾਤੇ ਦਾ ਭਾਵ ਧਾ ਜਾਣਾ, ਚਲੇ ਜਾਣਾ, ਖਤਮ ਹੋ ਜਾਣਾ, ਤੇ ਧਾ ਜਾਣ ਵਾਲੀ ਕੌਣ ਹੈ? ਮਾਇਆ। ਜਿਵੇਂ ਬਾਣੀ ਕਹਿੰਦੀ ਨਾ, ਲਿਵ ਧਾਤ ਤੋਂ ਰਾਹ ਹੈ, ਇੱਕ ਲਿਵ ਦਾ ਰਸਤਾ ਹੈ ਤੇ ਦੂਜਾ ਧਾਤ, ਧਾ ਜਾਣ ਵਾਲੀ, ਚਲੇ ਜਾਣ ਵਾਲੀ, ਖਤਮ ਹੋਣ ਵਾਲੀ ਮਾਇਆ ਦਾ ਰਸਤਾ ਹੈ। ਤਾਂ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਜਿਹੜੀ ਮਾਇਆ ਧਾ ਜਾਣ ਵਾਲੀ ਹੈ, ਇਹਦੇ ਅਸਰ ਤੋਂ, ਇਹਦੀ ਪਕੜ ਤੋਂ, ਨਿਰ ਰਹਿਤ ਤੋਂ, ਐਸੇ ਸਰੂਪ ਨੂੰ ਮੇਰੀ ਨਮਸਕਾਰ ਹੈ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਆ। ਕਿਉਂ? ਮਾਇਆ ਦਾ ਸੁਭਾਅ ਹੈ, ਰਹਿੰਦੀ ਉਹੋ ਹੀ ਆ, ਪਰ ਤੁਰਦੀ ਫਿਰਦੀ ਬਹੁਤ ਹੈ। ਕਿਸੇ ਦਾ ਕੰਮ ਫੇਲ ਹੋ ਗਿਆ, ਦੂਜੇ ਨੂੰ ਸਸਤਾ ਮਿਲ ਜੂਗਾ, ਉਹ ਸਸਤੇ ਖਰੀਦ ਲੂਗਾ, ਕਿਤੇ ਉਹਦਾ ਫੇਲ ਹੋਊਗਾ, ਫਿਰ ਤੀਜੇ ਨੂੰ ਮਿਲ ਜੂਗਾ। ਰਹਿਣੀ ਉਹੋ ਹੀ ਆ, ਪਰ ਤੁਰਦੀ ਬਹੁਤ, ਅੱਗੇ ਤੋਂ ਅੱਗੇ ਖਸਮ ਬਦਲਦੀ ਰਹੀਦੀ। ਧਾ ਜਾਣ ਵਾਲੀ ਹੈ, ਚਲੇ ਜਾਣੀ ਹੈ। ਮਾਈ ਮਾਇਆ ਛਲ, ਸਤਿਗੁਰੂ ਕੀ ਕਹਿੰਦੇ? ਧੋਖਾ ਕਰਨ ਵਾਲੀ ਹੈ।
गोविंद भजन तो बिना ये की है त्रिण की अगन मेघ की छाया। गोविंद भजन बिन हड़का जल इहदा सुभा दस्या है। ता फिर सच्चे पातशाह आप निरधाते हो, ता जाने वाली माया दे असर तो रहत हो। जिवें माया खत्म हो जाती इदा आप जी का सरूप नहीं खत्म होता है, ना ही माया का कोई असर पैदा है आप जी उत्ते। गुआंढी धर्म नूं वेखोगे ते सौखा अपना धर्म समझ आवे। गुआंढी धर्म की है हिंदू ते मुसलमान। मुसलमान निर्गुण के उपाशक ने, हिंदू 90% सरगुण के उपाशक ने। उदाहरण के तौर पर जिहड़ा भगवान शिव की मूर्ति बनती है शिवलिंग, उहदे उत्ते की चढ़दा भला जो पूजा करते पत्ते। एवें नहीं भोला नाथ कहिंदे एडा भोला पते लैके काम करी जाता था। हिंदू धर्म को देखो, उदाहरण के तौर पर हिंदू धर्म च किहदी पूजा होती है? भगवान गणेश की। गणेश जी उत्ते की चढ़ता? दुर्बा। पहला पहला जो दास ने सुनिया मैं क्या पता नहीं कि बलावा दुर्बा कभी सुनी नहीं, पता नहीं किन्नी कि महंगी होनी। तो जहां वेख्या आ जरा घा नहीं हों वटा दे घा जरा हों जमीन च ये पुट के घा भगवान गणेश के उत्ते रख देते सिर। कमाल हो गई है, घा खा के काम करी जाता है। ते साडे ते कड़ा प्रसाद बनता, साडे क्यों ना करूंगा। मतलब ये भी जिहड़ा परमात्मा है ना, भावे किसे धर्म नूं वेख लो, इस्लाम धर्म है, हिंदू धर्म है, सिख धर्म है, बोधी धर्म है, परमात्मा प्रेम दा भुखा वा। तेरिया जायदादां, तेरे पैसे, तेरे मन सोने खाणियां दा भुखा नहीं है। तां वाहिगुरू परमेश्वर किस तरह दा सुभा है कि अपने भगतां दे प्यारियां दे कम सवार दा प्यार। चलो इधर विस्तार च ना जावां। पगदी चलदी पई है नमस्तंग निरधाते। हुण तुसीं पुछोगे भी ये गल विच क्यों कीती है, ये जुड़दी है कि क्यों? धार अर्थ हुंदा वा धोखा, छाल, फरेब। रब ठगियां दे नाल वल च नहीं आउंदा, वस च नहीं आता। जेड़ा परमात्मा ठगिया का वस च नहीं आता वह की है? निरधाते। महाराज कहते दसवें पातशाह कहते मेरी नमस्कार है जा जिदे उत्ते माया का असर नहीं पैंदा, तेरे प्रेम का भुखावा नहीं, तो पते पते लैके काम करना सी। उदाहरण है एक, महाराज कहते सांझ करीजे गुणा केरी, ये गुण की है, सिक्ख्या की है, भावना का भुखा है, नहीं तो घा लैके तेरे काम करना सी। हैरान हो गए एक माता का मैं नाम सुनता नहीं लौंगा वाली देवी, मैं ये पता नहीं की है। जा वेख्या कहते एक लौंग दे दो काम कर दी, लौंग चढ़ा दो हर किसी की रसोई च पे। इहदा मतलब की है? सारे धर्मां दीआं साखियां, सारे धर्मां दीआं उदाहरणां दा मतलब सिर्फ इन्ना की है कि भाओ भगत दे भुखे ने परमात्मा, प्रेम दे भुखे ने। एडी गल नहीं है भी तू सोना ही चुकी फिरे जां हीरे ही चुकी फिरे। तां ऐसा वाहिगुरु परमेश्वर उन्होंने सच्चे पातशाह कहते मेरी नमस्कार है धन गुरु गोबिंद सिंह महाराज।
ਹੋਰ ਵੀ ਅਰਥ ਕੀਤੇ ਨੇ ਮਹਾਤਮਾ ਦੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤਾਂ ਸਤਿਗੁਰੂ ਅੱਗੇ ਫਰਮਾਉਂਦੇ ਹਨ ਨਮਸਤੰ ਨਰੇ ਘਾਤੇ। ਘਾਤ ਕਹਿੰਦੇ ਨੇ ਮਾਰਨਾ ਕਿਸੇ ਨੂੰ। ਵਾਹਿਗੁਰੂ ਪਰਮੇਸ਼ਰ ਕਾਲ ਤੋਂ ਰਹਿਤ ਹੈ, ਸਿਜੇ ਨਾ ਨੈ ਸਤ ਸਤ ਪ੍ਰਕਾਏ। ਉਹ ਪਰਮਾਤਮਾ ਕਾਲ ਦੇ ਅਸਰ ਤੋਂ ਰਹਿਤ ਹੈ ਤੇ ਘਾਤ ਕਹਿੰਦੇ ਨੇ ਮਾਰਨਾ, ਜਿਵੇਂ ਕਿਸੇ ਦੇ ਘਸੁੰਨ ਮਾਰਨਾ। ਇੱਕ ਘਾਤ ਦਾ ਅਰਥ ਬੜਾ ਸੋਹਣਾ ਨਵਾਂ ਕੀਤਾ, ਉਹ ਹੈ ਬੁਰੀ ਤੱਕਣੀ। ਬੜਾ ਚੱਲਦਾ ਨਾ ਸਾਡੇ ਚ ਬੁਰੀ ਵੀ, ਨਿਗਾਹ ਜਿਹੜੀ ਆ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ। ਵਾਹਿਗੁਰੂ ਪਰਮੇਸ਼ਰ ਉੱਤੇ ਕਿਸੇ ਬੁਰੀ ਤੱਕਣੀ ਦਾ ਅਸਰ ਨਹੀਂ ਹੁੰਦਾ, ਨਿਰਘਾਤ ਹੈ। ਐਸੇ ਸਰੂਪ ਨੂੰ ਨਮਸਕਾਰ ਹੈ। ਕੁਝ ਗੱਲਾਂ ਤੇ ਸਾਇੰਸ ਨਾਲ ਸਿੱਧ ਹੁੰਦੀਆਂ ਨੇ, ਕੁਝ ਨਹੀਂ ਵੀ ਹੁੰਦੀਆਂ। ਅੱਖ ਫੜਕਦੀ ਰਹਿੰਦੀ, ਜਿਵੇਂ ਕਈ ਸੱਜਣ ਕਹਿੰਦੇ ਵੀ ਅੱਖ ਫੜਕਦੀ ਰਹਿੰਦੀ ਹੈ, ਜੇ ਬੰਦੇ ਦੀ ਸੱਜੀ ਫੜਕੇ ਤੇ ਚੰਗੀ, ਖੱਬੀ ਫੜਕੇ ਤੇ ਮਾੜੀ। ਔਰਤ ਦਾ ਪੁੱਠਾ ਕਰ ਲਓ, ਸ਼ਾਇਦ ਖੱਬੀ ਫੜਕੇ ਤੇ ਚੰਗੀ, ਸੱਜੀ ਫੜਕੇ ਤੇ ਮਾੜੀ। ਇਹ ਕੀ ਚੱਕਰ ਆ? ਪਹਿਲੀ ਗੱਲ ਤੇ ਇਹ ਹੈ ਵੀ ਸੂਰਜ ਨੂੰ ਜਦੋਂ ਗ੍ਰਹਿਣ ਲੱਗਦਾ ਨਾ ਤੇ ਤੁਸੀਂ ਦੇਖਦੇ ਥੋੜੇ ਚਿਰ ਵਾਸਤੇ ਲੱਗਦਾ। ਪਹਿਲਾਂ ਤੇ ਇਹ ਵਹਿਮ ਕੱਢੋ ਵੀ ਜੇ ਕਿਸੇ ਨੇ ਕੀਤਾ ਕਰਾਇਆ ਨਾ, ਆਪਾਂ ਕਹਿੰਦੇ ਵੀ ਕੀਤਾ ਕਰਾਇਆ। ਸੂਰਜ ਨੂੰ ਵੀ ਗ੍ਰਹਿਣ ਲੱਗਦਾ, ਪਰ ਬੜੀ ਛੇਤੀ ਉਹ ਫਿਰ ਆਪਣੀ ਆਭਾ ਨਾਲ ਪ੍ਰਗਟ ਹੁੰਦਾ। ਪਹਿਲਾਂ ਤੇ ਇਹ ਵਹਿਮ ਕੱਢੋ ਵੀ ਕਿਸੇ ਨੇ ਕੀਤਾ ਕਰਾਇਆ, ਜੇ ਕੀਤਾ ਕਰਾਇਆ ਵੀ ਹੋਊਗਾ ਕੁਛ ਨਹੀਂ ਹੋ ਸਕਦਾ, ਅਸਰ ਨਹੀਂ ਰਹੇਗਾ ਬਹੁਤਾ ਚਿਰ। ਸੂਰਜ ਨੂੰ ਗ੍ਰਹਿਣ ਕਿੰਨਾ ਚਿਰ ਲੱਗਦਾ? ਹੁਣ ਨੰਬਰ ਦੋ, ਵੀ ਮੇਰੀ ਅੱਖ ਫੜਕਦੀ ਰਹਿੰਦੀ ਹੈ ਵੀ ਹੁਣ ਕੀ ਕਰੀਏ, ਫਿਰ ਕੱਢ ਕੇ ਬਾਹਰ ਰੱਖ ਦੇ, ਫੜਕਦੀ ਰਹਿੰਦੀ। ਇਹ ਵੀ ਜਵਾਬ ਹੈ ਇੱਕ, ਪਰ ਇਹ ਮਖੌਲ ਹੋ ਸਕਦਾ ਹੈ। ਅਸਲੀ ਜਵਾਬ ਕੀ ਆ? ਸਾਡੇ ਲਹੂ ਦੇ ਵਿੱਚ ਨਾ ਨਿੱਕੇ ਨਿੱਕੇ ਕਲੋਟ ਆ ਜਾਂਦੇ। ਅੱਖ ਦੇ ਵਿੱਚ ਜਿਹੜਾ ਲਹੂ ਜਾਂਦਾ ਹੈ ਉਹਦੇ ਵਿੱਚ ਜਦੋਂ ਕਲੋਟ ਆ ਜਾਂਦਾ, ਫਿਰ ਉੱਥੋਂ ਰੜਕਦੀ ਤੇ ਜਾਂ ਫੜਕਦੀ ਰਹਿੰਦੀ। ਇੱਕ ਦਵਾਈ ਦਾ ਨਾਮ ਸੁਣਿਆ ਹੋਊਗਾ ਐਸਪਰੀਨ। ਆਪਦੇ ਸਰੀਰ ਤੇ ਉਮਰ ਦੇ ਹਿਸਾਬ ਨਾਲ ਡਾਕਟਰ ਨੂੰ ਚੈੱਕ ਕਰਾ ਕੇ ਹਫ਼ਤਾ ਲੈ ਲਓ, ਜਿੰਨੀ ਉਹ ਪਾਵਰ ਕਵੇ, ਰੋਜ਼ ਰਾਤ ਨੂੰ ਅੱਖ ਫੜਕਣੋਂ ਹਟ ਜਾਂਦੀ, ਬਲੱਡ ਕਲੋਟ ਆ ਜਾਂਦਾ ਹੈ ਸੂਖਮ ਜਿਹਾ, ਸੂਖਮ ਨਾੜੀਆਂ ਦੇ ਵਿੱਚ। ਤੇ ਕਮਾਲ ਦੀ ਗੱਲ ਇਹ ਹੈ, ਸੌਖਾ ਜਿਹਾ ਇਲਾਜ ਕੀ ਹੈ? ਇਹ ਦੋਸ਼ ਕੀ ਆ? ਸਾਡਾ ਸਰੀਰ ਬਣਿਆ ਵਾਤ ਪਿੱਤ ਤੇ ਕਫ ਦੇ ਚੀਜ਼ਾਂ ਸਾਡੇ ਸਰੀਰ ਚ ਹੁੰਦੀਆਂ। ਵਾਤ ਵਾਯੂ, ਪਿੱਤ ਗਰਮੀ, ਕਫ ਬਲਗਮ, ਜਿਹੜੇ ਸਰੀਰ ਵਾਤ ਵਾਲੇ ਹੋਣਗੇ ਉਹਨਾਂ ਦੀ ਅੱਖ ਫੜਕਦੀ ਰਹਿੰਦੀ। ਉਹਨਾਂ ਨੂੰ ਕੀ ਚਾਹੀਦਾ? ਵੀ ਰਾਤ ਨੂੰ ਬਦਾਮ ਭਿਓ ਕੇ, ਸਵੇਰੇ ਕਾਲੀ ਮਿਰਚ ਨਾਲ ਲੈ ਲਓ ਦੋ ਚਾਰ, ਵਾਤ ਦੋਸ਼ ਘੱਟ ਜਾਏਗਾ ਤੇ ਅੱਖ ਫੜਕਣੋਂ ਹਟ ਜੂਗੀ। ਜਾਂ ਜਿਹੜਾ ਸੌਂਦਾ ਚੰਗੀ ਤਰ੍ਹਾਂ ਦੀ ਨਾ, ਜਿਹਦੀ ਨੀਂਦ ਚੰਗੀ ਨਹੀਂ ਉਹਦੀ ਵੀ ਫੜਕਦੀ ਰਹਿੰਦੀ। ਹੋਰ ਵੀ ਹੋਮੋਪੈਥਿਕ ਦੀਆਂ ਵੀ ਕਈ ਦਵਾਈਆਂ ਹੁੰਦੀਆਂ ਨੇ, ਪਰ ਬਹੁਤਾ ਵਹਿਮ ਨਹੀਂ ਕਰਨਾ ਚਾਹੀਦਾ, ਪੋਜ਼ਿਟਿਵ ਸੋਚਣਾ ਚਾਹੀਦਾ। ਸਕਾਰਾਤਮਕ ਸੋਚਣਾ ਚਾਹੀਦਾ, ਨਕਾਰਾਤਮਕ ਨਾ ਸੋਚੋ। ਇਹਦਾ ਬਹੁਤ ਵੱਡਾ ਅਸਰ ਪੈਂਦਾ ਹੈ। ਗੁਰਬਾਣੀ ਨੇ ਵੀ ਇਹਨੂੰ ਮੰਨਿਆ। ਆਪਾਂ ਕਹਿੰਦੇ ਹਾਂ
माड़ा होया आपां कहिंदे आ जां चंगा होया, पर गुरबाणी ना माड़ा कहिंदी ना चंगा कहिंदी, गुरबाणी की कहिंदी भाणा वरत्या। गुरबाणी ने माड़ा चंगा दोवें शब्द पासे रख दे, दुनिया दे आप दुनिया च वरतो। गुरबाणी की कहिंदी ज्यों ज्यों तेरा हुकम तिवै तिव होवणा, एक या पॉजिटिव थिंकिंग, सकारात्मक सोच। जदों असीं कर्मां दी गल करदे हां, एक नवा लॉ जिहड़ा वा उह की आ, लॉ ऑफ अट्रैक्शन। लॉ की हो गया सिद्धांत, खिच दा, पकड़ दा, मोह दा, सोच दा, लॉ ऑफ अट्रैक्शन। ते लॉ ऑफ अट्रैक्शन की कहिंदा है, जो तुसी बोलोगे, फिर बेनती करा, जिहदे बारे ज्यादा बोलोगे वह चीज तुहानूं मिल लगेगी। जे बीमारी दीआं गल्लां करी जाओगे तो बीमार हो जाओगे बहुत ही छेती। खुशहाली दीआं गल्लां करोगे तो खिड़े रहोगे। एक ही लॉ ऑफ अट्रैक्शन, सिद्धांत, न्याय धर्म ग्रंथा न्याय मने ना अटल, कटा कुंडल न्याय, इसे तरह एक लॉ मनिया। जिहदे बारे ज्यादा बोलोगे ओह चीज मिल जू। पुराने समय बखौल करते हुंदे सी ना, एक कहानी सुनाते हुंदे सी, कोई जिमीदार सी, वो हाथ ते खलोता बोली जावे सोने का हो जाए, सोने का हो जाए, सोने का हो जाए, तो जदों होण ते आया सी उदों उतर के थले खलो गया। इहनूं साइंस भी मानदी है लॉ ऑफ अट्रैक्शन। दूजा की है, इहदे विच जो तुसीं सोचोगे उहो चीज तुहानूं मिल लगेगी, ते उदां दे बणदे जाओगे जो तुसीं सोचोगे। इन्हों लॉ ऑफ अट्रैक्शन कहते हैं। जे तुसी बीमारी बारे सोचोगे तो तुसी बीमार होगे, मौत बारे बहुता सोचोगे, बहुतियां गल्लां करोगे तो छेती आई खड़ी है, फिर तैयारी कर लो आप। मतलब बंदे का दिमाग जिहड़ा है ना, ते धार्मिक शब्दां च मन, यह चुंबक है। जिहड़ा ख्याल बहुता दोहराउण लगे उदां दा ही बणदा जांदा है, ते उदां दा ही उहनूं वस्तु की प्राप्ति होण लग पैंदी। इहनूं साइंस भी मानदी लॉ ऑफ अट्रैक्शन। तां पॉजिटिव सोचना चाहीदा है। जे अग फड़कदी है ते सौ लिया कर चंगी तरह, किन्ने कहा भी जागदा रहे सारी सारी रात, जां वात दोष होवेगा। ता हे वाहिगुरु परमेश्वर जी, तू निर्घात, घात मैंने माड़ी तकड़ी बुरी नजर तो तू रहत है, तेरे उत्ते असर नहीं होता है। ऐसे स्वरूप नू मेरी सच्चे पातशाह कहते नमस्कार है। नमस्तं मेरे तूते, तूत कहते ने मलीर पुड़े। हे वाहिगुरु परमेश्वर जी, मन के जिहड़े विकार आत्मा च मलीन गुणा लिआउंदे ने, इन्हां तों आप जी निर धूते रहत हो। जां फिर सच्चे पातशाह की कहिंदे, धूत कहिंदे छल कपट नूं, धूत गुणा, आप जी छल कपट तों रहत हो। धूत कहिंदे ने धूड़ नूं, मैल नूं, आप अविद्या रूपी मैल तो रहत हो। ज्योत स्वरूपी तत् अरूप अमल ना मलग, शाह नहीं तू। कबीर साहब भी बाणी च फरमाउंदे ने, ऐसे स्वरूप नू मेरी नमस्कार है। नमस्तं अभूते, भूत कहते ने अपने कालां, तीन काल मने, वर्तमान है, भविख है, भूत। काल भाव समा। हे वाहिगुरु परमेश्वर जी, आप जी समय के असर तो रहत,
काल के असर तो रहित जा अभूत कहते हैं अपूर्व न अश्चर्य हे अकाल पुरख वाहिगुरु परमेश्वर जी अश्चर्य रूप है समझ दे विच नहीं आता पकड़ दे विच नहीं आता अगम अगोचरा तेरा अंत ना पाया अंतो ना पाया किने है तेरा या गुरबाणी की कहनी तू अचरज कुदरत तेरी बेसमा अश्चर्य रूप अपूर्व रूप हैरान कर देने वाला स्वरूप है आप जी का जिन्हों बयान करने वास्ते कथन करने वास्ते दुनियावी भाषावां दे शब्द पूरे नहीं उतरते इसे करके पूरा पूरा समझाया नहीं जा सकता जिन्हों मिलिया वो ही जानता है ता ऐसा अपूर्व स्वरूप है सच्चे पातशाह गरीब नवाज कहते हैं नमस्कार है वाहिगुरु परमेश्वर जी नमस्तं अलोके अलोक दे विचों कटना अवलोकन देखना वाहिगुरु परमेश्वर जी आप जी नू तेनू दसवें पातशाह कहते मेरी नमस्कार है ये संसार रूपी खेड बना के फिर आप देखता है मैं वो परम पुरख को दासा देखन आयो जगत तमासा अवलोकन जा नमस्तक अलोके अश्चर्य रूप अलोक रूप जा देखन तो रह तो बाहर दियां अखां दे नाल देखदे नहीं बाहर दी पकड़ च आउंदे नहीं ते लोग कहिंदे ने पुरियां नूं जिवें देवतियां दियां पुरियां ने भगवान ब्रह्मा दी पुरी है भगवान शिव दी पुरी है इदां किसे खास लोग थां तो रहत हो क्यों तू सभनी थाई जिथे हो जाई सच असर हार दियो सिर्फ भगती सेवा सिमरन का फल देने वास्ते एहो जे थां बनाए हुए ने जिवें सच खंड पसे निरंकार जिथे गुरु नानक देव साहब के दर्शन होते हो जेडे महात्मा करते हो पता हो जेड़ा निर्गुण रूप है वह तो हर थां ते हर जरे जरे विच ते हर शरीर दे विचों बैठा है ऐसे स्वरूप नूं नमस्कार है नमस्तं अशोके हुण शोक तो भाव की लैणा शोक संस्कृत विच की है शोक दुख दो तरह का द्वंद चलता रहता है दुख सुख खुशी गमी आप इस द्वंद शोक तो दुख सुख खुशी गमी आना जाना ये तो रहत हो ऐसे स्वरूप नो मेरी नमस्कार है सच्चे पातशाह कहते जा शोक पंजाबी दे विच कहते सुकड़े नो भाव अर्थ शुभ गुणा तो रहत जेने सुक चुके ने ऐसे सोके तो बाहरले तो भी शरीर के अंदरले हिरदिया के कठोर गुणे तो भी रहत दया स्वरूप आप नूं मेरी नमस्कार है जा विशेष करके सोग अपनिया किरणा दे नाल सकाउण वाले हो असाड़ भला सूरज गगन तपे ये भी आप जी की मौज है तमारे कहते नमस्कार है ऐसे सूप ता इस प्रकार गुरबाणी दे विच बेअंत ही अर्थ कीते आप अपनी बुद्ध है जीती वर्णत भिन्न भिन्न तोहे देती तुमरा लखा न जाए पसारा के विच सजा प्रथम संसारा जैसी मत दे तैसा प्रकाश
किसे दा की कसूर है, किसे नू मूर्ख कहना, किसे नू सियाणा कहना, गुरबाणी तो इहनू नहीं मानदी। जिहो जी मत अकल दित्ती है उहो जिहा उहदा सुभाअ, उहदा जीवन, प्रकिरति उहदी बणी होई है। ते आपणे सुभाअ तों प्रकिरति तों वध कोई भी नहीं कोई करदा है। ये तो ज्ञानवाना तो भी नहीं उतरती। कई महात्मा रब नूं मिले ने, एक रूप ने, पर प्रकृति सुभा कई बार नहीं छड़ दिया। गुरबाणी मुताबक ते किसे ते गुस्सा भी नहीं करना चाहिदा है। महापुरशां नूं एक बार बड़ा सोहना सवाल किया किसी ने, श्रीमान संत बाबा ठाकुर सिंह जी बैठे सी, सारे सिंह बैठे सी, एक सज्जन कहिंदा बाबा जी साड़ी दौड़ ते पैसियां तक है, माया तक, ते जदों मैं तुहाडे सामने चढ़ते वेखदा वा ना, गुस्सा ना करो, तुहाडी दौड़ भी पैसों तक ही जापती, माया तक ही जापती है। तुसी भी ते पैसा ही चाहते हो, माया ही चाहते हो, इहदे वास्ते ही तुरे फिरदे हो, और की है। वो संत सी, महात्मा सी, गुस्से च नहीं आए, क्रोध च नहीं आए, भावें कह सकते सी भी आप हुण तुसी दसो ना भी धार्मिक बंदे दी दौड़ किथे। कोई पेंट पा के पैसे कमाउंदा है, कोई चूला पा के पैसे पिछे तुरिया फिरदा, तुरे ते सारे पैसे पिछे फिरदे। बाबा जी का सुभा सी गेड़ा मारते हुए, उन्हां दा सुभा दा एक गुण सी, शायद वड्डे संतां ने पाया सी, क्यों वड्डे संत सारी खबर रखते हुंदे सी, लंगर च की है, सिंघां च की चल रहा है, गेड़ा मारना उन्हां दा सुभा सी। ते तुसीं देखिया भी होगा सारिआं ने, लंगर च भी जाना, हस्पताल भी जाना, स्कूल भी जाना, तो कहते तुर नाल लैके गए, लंगर च चले गए, सिंह भी छकते पे आ, पिंड की संगत भी छकती पई आ, कहते फर्क है। असी जिहड़ी माया कट्ठी करदे परोपकार वास्ते, सेवा वास्ते, तेरी जिहड़ी कट्ठी होंदी सिर्फ तेरे ढिड वास्ते, ना इहदे च दया, ना इहदे च तरस, ना इहदे च परोपकार, कुछ भी नहीं। बड़ी तसली कराई, फिर उहनूं हॉस्पिटल लै गए। हुण उत्थे हॉस्पिटल जिहड़ा महिंते चलदा, उहदे च इक डिस्पेंसरी है, जिहदे चों फ्री दवाई आ, जिहड़ा तेरां तेरां तोलण वाला हुण चलाया ना सारिआं ने, उह तां मेरे ख्याल नाल 96 तों चलदा पिआ, उच फ्री दवाई दिती जाती डिस्पेंसरी, जिहड़ा गरीब है उथों लै ले, नहीं लै सकता मेडिकल तो। कहते तेरे पैसों ते गुरु घर के पैसों, जां सीधा कह लो साढ़े पैसों च इन्ना फर्क, नाल ही अकैडमी चलती है, स्कूल लैके आ जा, कहते उत्थे तकरीबन कोई जिन्हां दा पैसा बनता होगा 10-20 लाख रुपया, इदां दे बच्चे जिहड़े फ्री पढ़ते ने, बाकी जिहड़े नहीं दे सकते, फर्क है। जदों कुदे किते कोई बंदा, पर गुरबाणी कहिंदी इह भी नहीं करना चाहिए, क्यों
ਇਹਨੂੰ ਪਤਾ ਹੀ ਨਹੀਂ ਆ ਵੀ ਉਹ ਸੰਤ ਹੈਗੀ ਆ। ਜੇ ਕੋਈ ਰੱਬ ਦੇ ਉਲਟ ਬੋਲੇ, ਰੱਬ ਨੂੰ ਮਾੜਾ ਕਵੇ, ਤਾਂ ਪਰਮਾਤਮਾ ਦੇ ਪਿਆਰੇ ਉਹਦੇ ਨਾਲ ਨਾਰਾਜ਼ ਨਹੀਂ ਹੁੰਦੇ। ਉਹਨੂੰ ਉਹ ਮੂਰਖ ਬੇਵਕੂਫ ਬੱਚਾ ਸਮਝਦੇ ਨੇ ਜਿਹਨੂੰ ਅਜੇ ਅਕਲ ਹੀ ਨਹੀਂ ਹੈਗੀ ਵੀ ਰੱਬ ਕੀ। ਮੰਨ ਲਓ ਕਿਸੇ ਦਾ ਕਿਸੇ ਸੰਤ ਨਾਲ ਪ੍ਰੇਮ ਹੈ ਤੇ ਕਿਸੇ ਨੇ ਉਹਦੇ ਉਲਟ ਬੋਲਤਾ ਤੇ ਸੁਣ ਕੇ ਕ੍ਰੋਧ ਤੇ ਆਉਣਾ ਹੀ ਆਉਂਦਾ। ਪਰ ਇਹ ਉਹ ਵਿਚਾਰਾ ਬੇਸਮਝ ਆ ਜਿਹਨੂੰ ਪਤਾ ਹੀ ਨਹੀਂ ਆ ਵੀ ਸੰਤ ਕੀ ਹੈ, ਮਹਾਤਮਾ ਕੀ ਆ, ਮਹਾਂਪੁਰਸ਼ ਕੀ ਆ। ਜੈਸੀ ਮਤ ਦੇ ਤੈਸਾ ਪ੍ਰਕਾਸ਼, ਇੱਥੇ ਗੱਲ ਖਲੋਤੀ ਹੋਈ ਆ। ਆਪੋ ਆਪਣੀ ਪ੍ਰਕਿਰਤੀ ਹੈ, ਸੁਭਾਅ ਹੈ, ਤਾਂ ਆਪਣੇ ਸੁਭਾਅ ਤੋਂ ਵੱਧ ਕੋਈ ਕੁਝ ਨਹੀਂ ਕਰ ਸਕਦਾ ਦੁਨੀਆਂ 'ਚ। ਬੜੇ ਬੜੇ ਮਹਾਤਮਾ ਵੀ ਦੇਖੇ ਨੇ, ਬੜਾ ਕਿਰਪਾ ਜੋ ਬਚਨ ਕਰਦੇ ਪੂਰਾ, ਜੋ ਅਰਦਾਸ ਕਰਦੇ ਪੂਰਾ, ਪਰ ਕਈ ਵਾਰੀ ਬੜੀਆਂ ਗਾਲਾਂ ਵੀ ਕੱਢਦੇ ਨੇ। ਸੁਭਾਅ ਤਾਂ ਨਾ ਗਿਆ, ਪ੍ਰਕਿਰਤੀ ਤਾਂ ਨਾ ਕਈ ਤਾਂ ਮਹਾਰਾਜ ਕੀ ਕਹਿੰਦੇ ਨੇ, ਆਪ ਆਪਣੀ ਬੁੱਧ ਹੈ ਜੇਤੀ। ਜਿਹੋ ਜਿਹੀ ਪ੍ਰਕਿਰਤੀ ਬੁੱਧੀ ਕਿਸੇ ਦੀ ਰੱਬ ਨੇ ਪਾਈ ਹੈ, ਉਦਾਂ ਦੀ ਬਣੀ ਹੋਈ ਹੈ ਸਾਰਿਆਂ ਦੀ। ਇੱਕ ਸ਼ਬਦ ਦੇ ਇੱਕੀ ਇੱਕੀ ਅਰਥ ਵੀ ਕੀਤੇ ਨੇ ਜਾਪ ਸਾਹਿਬ ਦੀ, ਇੱਕ ਪੰਕਤੀ ਦੇ ਸੰਤਾਂ ਨੇ ਇੱਕੀ ਇੱਕੀ ਅਰਥ ਵੀ ਕੀਤੇ। ਕਿੱਡਾ ਵੱਡਾ ਖਜ਼ਾਨਾ ਹੋਊਗਾ ਸੰਪਰਦਾਵਾਂ ਦੇ ਵਿੱਚ, ਪਈਆਂ ਭੁੱਲਾਂ ਚੁੱਕਾਂ ਦੀ ਖਿਵਾ। ਅੱਗੇ ਵਾਸਤੇ ਸਾਰੀ ਸੰਗਤ ਦੇ ਸਮਾਦ ਬਖਸ਼ਣੀ ਜੀ। ਹਾਂ ਸੱਚ ਇੱਕ ਗੱਲ ਰਹਿ ਗਈ, ਉਹ ਸੱਜਣ ਮੈਨੂੰ ਕਹਿੰਦਾ, ਕਹਿੰਦਾ ਜਿਹੜੇ ਬਾਣੀ ਪੜ੍ਹਦੇ ਨੇ ਇੰਨਾ ਕ੍ਰੋਧ ਚ ਕਿਉਂ ਆਉਂਦੇ ਨੇ? ਨਹੀਂ ਇਹ ਗੱਲ ਨਹੀਂ, ਕਾਮ ਕ੍ਰੋਧ ਐਸੀ ਬਿਮਾਰੀ ਹੈ ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ। ਜਦੋਂ ਅਸੀਂ ਕੱਪੜੇ ਦੀ ਮੈਲ ਕੱਢਦੇ ਹਾਂ ਨਾ, ਡਾਕਟਰ ਭਾਈ ਵੀਰ ਸਿੰਘ ਜੀ ਵੀ ਕਹਿੰਦੇ, ਉਹ ਮੈਲ ਉੱਬਲ ਕੇ ਤਾਂ ਆਉਂਦੀ ਹੈ, ਇੱਦਾਂ ਲੱਗਦਾ ਵੀ ਕੱਪੜਾ ਤੇ ਬਹੁਤ ਜ਼ਿਆਦਾ ਹੀ ਗੰਦਗੀ ਨਾਲ ਭਰਿਆ। ਜਿਵੇਂ ਜਿਵੇਂ ਬਾਣੀ ਅੰਦਰ ਜਾਂਦੀ ਹੈ, ਉਵੇਂ ਉਵੇਂ ਕਾਮ ਕ੍ਰੋਧ ਉੱਬਲ ਕੇ ਬਾਹਰ ਆਉਂਦਾ ਹੈ। ਤੇ ਪਰ ਇੱਕ ਦਿਨ ਐਸਾ ਸਮਾਂ ਵੀ ਆਉਂਦਾ ਹੈ ਜਦੋਂ ਅਸੀਂ ਕੱਪੜਾ ਧੋਨੇ, ਮੈਲ ਜਦੋਂ ਸਾਰੀ ਨਿਕਲ ਜਾਂਦੀ ਤੇ ਸਾਫ਼ ਹੋ ਜਾਂਦਾ। ਇਹ ਤਾਂ ਨਹੀਂ ਆ ਵੀ ਬਾਣੀ ਪੜਿਆ ਕ੍ਰੋਧ ਬਹੁਤ ਆਉਂਦਾ, ਬਾਣੀ ਨੇ ਸ਼ਾਂਤ ਕਰਨਾ ਸੀ ਕਿ ਕ੍ਰੋਧੀ ਬਣਾਉਣੇ ਸੀ? ਤਾਂ ਹੋਰ ਵੀ ਬੜੀਆਂ ਵਿਚਾਰਾਂ ਨੇ ਪਰ ਸਮਾਂ ਆਗਿਆ ਨਹੀਂ ਦਿੰਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਚਰਨਾਂ 'ਚ ਹਾਜ਼ਰੀ ਪ੍ਰਵਾਨ ਕਰ। ਸ਼੍ਰੀ ਮਾਨ ਧੰਨ ਬਾਬਾ ਜਵਾਹਰਦਾਸ ਜੀ ਹਾਜ਼ਰੀ ਪ੍ਰਵਾਨ ਕਰਨ। ਭੁੱਲ ਚੁੱਕ ਦੀ ਖਿਮਾ ਜੀ, ਲਿਖੇ ਕਦੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਮਸਤੰ ਨਰਤੂਤੇ, ਨਮਸਤੰ ਅਭੂਤੇ, ਨਮਸਤੰ ਅਲੋਕੇ, ਨਮਸਤੰ ਅਸੋਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।